ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਅਤੇ ਮੇਰੇ ਯੂਟਿਊਬ ਚੈਨਲ ਹਰਜੋਤ ਕੌਰ 'ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ। ਸਭ ਤੋਂ ਪਹਿਲਾਂ ਮੇਰੇ ਸਾਰੇ ਸਬਸਕ੍ਰਾਈਬਰਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਯੂਟਿਊਬ ਚੈਨਲ ਹਰਜੋਤ ਕੌਰ ਨੂੰ ਸਬਸਕ੍ਰਾਈਬ ਕੀਤਾ ਹੋਇਆ ਅਤੇ ਤੁਸੀਂ ਮੇਰੇ ਜੋ ਮੈਂ ਵੀਡੀਓਜ਼ ਪਾਉਣੀ ਅਪਲੋਡ ਕਰਦੀ ਹਾਂ ਉਸਨੂੰ ਲਾਈਕ ਕਰਦੇ ਹੋ, ਕਮੈਂਟ ਵੀ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਅਤੇ ਅੱਜ ਜੋ ਤੁਹਾਡੇ ਨਾਲ ਇੱਕ ਕਹਾਣੀ ਸ਼ੇਅਰ ਕਰਾਂਗੇ ਜੀ, ਕਹਾਣੀ ਦਾ ਟਾਈਟਲ ਹੈ वेटर। एक कहानी मैनू भेजी है नवनीत सिंह ने गुरदासपुर तो। उन्होंने पहला भी एक कहानी, उन्होंने पहला कहानी मैं अपने यूट्यूब चैनल पर शेयर कर चुकी हाँ जिसका टाइटल सी ग्रंथी दे बच्चे, जिसनों को बहुत ज़्यादा पसंद किया गया से उस कहानी नू। एक कहानी मैं अपने यूट्यूब चैनल के नाल नाल फेसबुक या हैलो ऐप पर भी पाई सी। सब तरह से बहुत सारे कमेंट्स आए, बहुत लाइक किया गया, बिल्कुल जो कहते हैं सच्चाई, जो अज के जीवन की सच्चाई है वो दसी गई है। तो जिन्होंने वो कहानी हाल तक नहीं सुनी देखी तो तुसी मेरे जो यूट्यूब चैनल हरजोत कौर ते हो तो नीचे जाके देखोगे तो ग्रंथी दे बच्चे टाइटल नाल जो कहानी है तुसी सुन सकते हो। तो कमेंट करके तुसी जरूर दसना कि तुहानू भी किवें दी नहीं लगी जिन्होंने नहीं देखी तो सुनी कहानी। फिलहाल अज जो मैं कहानी तुहाडे नाल शेयर करनी है जिसका टाइटल है वेटर, वो भी बहुत वधिया सुनेहा दे रही है। पहला तुसी ये कहानी सुनो। तो कहानी सुनने तो पहला जिन्ने अगर तुसी देख रहे हो यूट्यूब चैनल इस टाइम मेरी गल सुन रहे हो, तो जे हुण तक तुसी यूट्यूब चैनल हरजोत कौर नूं सबसक्राइब नहीं किया तो फटाफट सबसक्राइब कर लो। तो नाल दी नाल जो साइड ते बैल आइकन है इसनों भी तुसी जरूर दबा देना ताकि मैं जिहड़ी भी नैक्सट वीडियो अपलोड करांगी तुहाडे तक नोटिफिकेशन आ जाए। तुसी सारे वेखो, लाइक करो, तो कमेंट करो, तो शेयर भी कर दवो। तो चलो जी आपां हुण शुरुआत करदे हां जो अज दी कहानी है जिसका टाइटल है वेटर। लिखी है नवनीत सिंह जी ने, भेजी है मेरे तक। गुरदासपुर के रहने वाले ने बहुत वधिया कहानियां लिखते हैं, बहुत वधिया मैसेज है इस कहानी दे विच भी। सुनो तो जरूर दसना तुहानू ये कहानी किवें दी लगी। पिछले दिन ही मैं कोई प्रोग्राम की कवरेज कर रहा सी। उच्चे घराने के लोग आए हुए सन फंक्शन दे विच। लड़कियां, लड़के, औरतां सब दे वक्खो वक्खरे महंगे लिबास दस रहे सन कि असी बहुत पढ़े लिखे हाँ। इन्ने नूं एक जेंटलमैन मेरे कोल आया, कहिंदा ਭਾਜੀ ਪੈਨ ਹੈਗਾ, ਨੰਬਰ ਲਿਖਣਾ ਸੀ। ਮੈਂ ਕਿਹਾ ਨਹੀਂ ਭਾਜੀ, ਜਦੋਂ ਦਾ ਮੋਬਾਈਲ ਰੱਖਿਆ ਕਦੇ ਲੋੜ ਹੀ ਨਹੀਂ ਪਈ। ਮੇਰੇ ਸਾਹਮਣੇ ਉਸਨੇ ਬਹੁਤ ਲੋਕਾਂ ਕੋਲੋਂ ਪੈਨ ਮੰਗਿਆ ਪਰ ਕਿਸੇ ਕੋਲੋਂ ਵੀ ਪੈਨ ਨਹੀਂ ਮਿਲਿਆ। ਇੰਨੇ ਇੰਨੇ ਮਹਿੰਗੇ ਪਹਿਰਾਵੇ ਵੇਖ ਐਵੇਂ ਲੱਗਦਾ ਸੀ ਜਿਵੇਂ ਇਹ ਸਾਰੇ ਪੜ੍ਹੇ ਲਿਖੇ ਲੋਕ, ਇਹਨਾਂ ਸਾਰਿਆਂ ਕੋਲ ਪੈਨ ਜ਼ਰੂਰ ਹੋਵੇਗਾ। ਅਤੇ ਇੰਨੇ ਵਿੱਚ ਉਸ ਜੈਂਟਲਮੈਨ ਨੇ ਇੱਕ 30 ਕੁ ਸਾਲ ਦੇ ਮੁੰਡੇ ਨੂੰ ਆਵਾਜ਼ ਮਾਰੀ, ਓਏ ਇੱਧਰ ਆ, ਗੱਲ ਸੁਣ, ਪੈਨ ਹੈ ਤੇਰੇ ਕੋਲ? ਅੱਗੋਂ ਜਵਾਬ ਮਿਲਿਆ, ਯੈਸ ਸਰ, ਵਾਈ ਨਾਟ, ਆਈ ਹੈਵ ਅ ਪੈਨ। ਮਤਲਬ ਹਾਂਜੀ ਸਰ, ਕਿਉਂ ਨਹੀਂ, ਮੇਰੇ ਕੋਲ ਪੈਨ ਹੈ। ਜਦੋਂ ਇੰਨੀ ਗੱਲ ਕਹੀ ਤਾਂ ਉਸ ਜੈਂਟਲਮੈਨ ਨੇ ਉਸਦੀ ਬੋਲੀ ਅਤੇ ਉਸਦੇ ਕੱਪੜਿਆਂ ਵੱਲ ਵੇਖਿਆ ਅਤੇ ਕਿਹਾ, ਤੂੰ ਕੋਈ ਰਿਸ਼ਤੇਦਾਰ ਹੈ ਇਹਨਾਂ ਦਾ? ਅਤੇ ਕੱਪੜੇ ਤਾਂ ਤੂੰ ਇਸ ਤਰ੍ਹਾਂ ਪਾਇਆ ਜਿਵੇਂ ਕੋਈ ਦਿਹਾੜੀਦਾਰ ਹੋਵੇ। ਇੱਥੇ ਪੂਰੇ ਪੰਡਾਲ ਵਿੱਚ ਕਿਸੇ ਕੋਲ ਪੈਨ ਨਹੀਂ ਮਿਲਿਆ, ਕਿੰਨੀਆਂ ਕਲਾਸਾਂ ਪੜ੍ਹਿਆ ਤੂੰ? ਤਾਂ ਅੱਗੋਂ ਉਸ ਮੁੰਡੇ ਨੇ ਜਵਾਬ ਦਿੱਤਾ, ਆਈ ਐਮ ਡਨ ਐਮ ਏ ਇੰਗਲਿਸ਼, ਬਟ ਆਈ ਡੂ ਨੋਟ ਗੋਟ ਜੋਬ ਐਨੀਵੇਅਰ, ਆਈ ਐਮ ਡੂਇੰਗ ਜੋਬ ਐਜ਼ ਅ ਵੇਟਰ, ਟੂਡੇ ਇਜ਼ ਸੰਡੇ, ਦੈਟਸ ਵਾਈ ਆਈ ਐਮ ਕੇਮ ਇਨ ਦਿਸ ਪ੍ਰੋਗਰਾਮ। ਮਤਲਬ ਉਸਨੇ ਕਿਹਾ ਕਿ ਮੈਂ ਐਮ ਏ ਇੰਗਲਿਸ਼ ਕੀਤੀ ਹੈ ਪਰ ਕਿਤੇ ਜੋਬ ਨਹੀਂ ਮਿਲੀ, ਇਸ ਲਈ ਮੈਂ ਵੇਟਰ ਦਾ ਕੰਮ ਕਰਦਾ, ਅੱਜ ਐਤਵਾਰ ਦੀ ਛੁੱਟੀ ਸੀ ਇਸ ਲਈ ਇਸ ਪ੍ਰੋਗਰਾਮ 'ਤੇ ਆ ਗਿਆ। ਅਤੇ ਉਸ ਮੁੰਡੇ ਨੇ ਕਿਹਾ, ਸੋਰੀ ਸਰ, ਮੇਰੇ ਕੱਪੜੇ ਦਿਹਾੜੀਦਾਰ ਵਾਲੇ ਜ਼ਰੂਰ ਨੇ ਪਰ ਮੇਰਾ ਕੰਮ ਬਹੁਤ ਜ਼ਿੰਮੇਦਾਰੀ ਵਾਲਾ ਹੈ, ਜਿਵੇਂ ਹਰ ਅਫਸਰ ਹੇਠਾਂ 20 ਬੰਦੇ ਕੰਮ ਕਰਦੇ ਨੇ, ਮੇਰੇ ਹੇਠਾਂ ਵੀ 20 ਬੰਦੇ ਕੰਮ ਕਰੇ ਨੇ, ਕਿਉਂਕਿ ਸਰ ਮੈਂ ਵੇਟਰ ਹਾਂ, ਇਹਨਾਂ 20 ਬੰਦਿਆਂ ਦਾ ਮੇਨ ਹੈੱਡ ਹਾਂ ਮੈਂ। ਹੁਣ ਉਸ ਜੈਂਟਲਮੈਨ ਨੂੰ ਇਸ ਵੇਟਰ ਮੁੰਡੇ ਦੀ ਇੰਨੀ ਵਧੀਆ ਇੰਗਲਿਸ਼ ਸੁਣ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਬਾਕੀ ਜਿੰਨੇ ਵੀ ਮਹਿੰਗੇ ਮਹਿੰਗੇ ਕੱਪੜੇ ਪਾ ਕੇ ਆਏ ਰਿਸ਼ਤੇਦਾਰ ਨੇ ਇਹ ਸਾਰੇ ਅਨਪੜ੍ਹ ਸੀ, ਜਿਨ੍ਹਾਂ ਹੱਥਾਂ ਵਿੱਚ ਪੈਨ ਚਾਹੀਦੇ ਸੀ ਉਹਨਾਂ ਹੱਥਾਂ ਵਿੱਚ ਪਲੇਟ ਆ। ਮੈਂ ਇਹ ਸਭ ਆਪਣੀ ਅੱਖੀਂ ਵੇਖ ਰਿਹਾ ਸੀ। ਮੈਂ ਜਾ ਕੇ ਉਸ ਜੈਂਟਲਮੈਨ ਅੰਕਲ ਨੂੰ ਕਿਹਾ, ਅੰਕਲ ਉਸਦੀ ਪੜ੍ਹਾਈ ਨਾਲ ਉਸਦੀ ਸੋਚ ਵੀ ਬਹੁਤ ਉੱਚੀ ਹੈ, ਵੇਟਰ ਲਫ਼ਜ਼ ਛੋਟਾ ਜ਼ਰੂਰ ਹੈ ਸਾਡੀਆਂ ਨਜ਼ਰਾਂ ਵਿੱਚ ਪਰ ਹੈ ਤਾਂ ਕੰਮ। ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹਾਂ ਕੰਮ ਕਰਨ ਲਈ ਅਤੇ ਕਈ ਉੱਧਰ ਮਜਬੂਰੀ ਨਾਲ ਭਾਂਡੇ ਮਾਂਜੇ ਤਾਂ ਅਸੀਂ ਕਹਿੰਦੇ ਹਾਂ ਵਧੀਆ ਜੋਬ, ਇੱਥੇ ਮਾਂਜੇ ਤਾਂ ਵੇਟਰ। ਮੇਰੀ ਇੰਨੀ ਗੱਲ ਸੁਣ ਕੇ ਉਹ ਜੈਂਟਲਮੈਨ ਅੰਕਲ ਮੇਰੇ ਤੋਂ ਚੱਲਦਾ ਬਣਿਆ ਜਿਵੇਂ ਉਸਦਾ ਆਪਣਾ ਹੀ ਮੁੰਡਾ ਬਾਹਰ ਕਿਤੇ ਭਾਂਡੇ ਮਾਂਜਦਾ ਹੋਵੇ।
ਬਾਅਦ ਤੁਸੀਂ ਜਾਣਿਆ ਕਿ ਕਿੰਨਾ ਵਧੀਆ ਮੈਸੇਜ ਹੈ ਕਿ ਜ਼ਰੂਰੀ ਨਹੀਂ ਕਿ ਅਸੀਂ ਪੜ੍ਹੇ ਲਿਖੇ ਹੋ ਕੇ ਬਾਹਰ ਵਿਦੇਸ਼ਾਂ ਵੱਲ ਭੱਜਦੇ ਹਾਂ ਕਿ ਕੋਈ ਵਧੀਆ ਨੌਕਰੀ ਮਿਲ ਜਾਏ, ਸੈੱਟ ਹੋ ਜਾਈਏ। ਅਸੀਂ ਆਪਣੇ ਦੇਸ਼ ਵਿੱਚ ਆਪਣੇ ਘਰਾਂ ਵਿੱਚ ਰਹਿ ਕੇ ਵੀ ਕੰਮ ਕੋਈ ਵੀ ਹੋਵੇ ਕਦੇ ਉੱਚਾ ਨੀਵਾਂ ਨਹੀਂ ਹੁੰਦਾ। ਆਪਣੀ ਮਿਹਨਤ ਕਰਕੇ ਅਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਦੇ ਹਾਂ। ਸੋ ਬਹੁਤ ਵਧੀਆ ਸੁਨੇਹਾ ਸੀ ਇਸ ਕਹਾਣੀ ਦੇ ਵਿੱਚ। ਕਹਾਣੀ ਦਾ ਟਾਈਟਲ ਸੀ ਵੇਟਰ, ਮੇਰੇ ਤੱਕ ਭੇਜੀ ਸੀ ਗੁਰਦਾਸਪੁਰ ਤੋਂ ਨਵਨੀਤ ਸਿੰਘ ਜੀ ਨੇ। ਅਤੇ ਜੇ ਤੁਹਾਡੇ ਵਿੱਚੋਂ ਵੀ ਕੋਈ ਇਹੋ ਜਿਹਾ ਟੈਲੈਂਟ ਰੱਖਦਾ, ਕਹਾਣੀ ਲਿਖਦੇ ਹੋ, ਕਵਿਤਾ ਲਿਖਦੇ ਹੋ, ਕੋਈ ਵੀ ਤੁਹਾਡਾ ਇਹੋ ਜਿਹਾ ਆਰਟ ਹੈ ਜਿਸ ਨੂੰ ਮੈਂ ਆਪਣੇ ਯੂਟਿਊਬ ਚੈਨਲ ਹਰਜੋਤ ਕੌਰ ਦੇ ਜ਼ਰੀਏ ਸਭ ਤੱਕ ਪਹੁੰਚਾ ਸਕਾਂ ਜਾਂ ਮੈਂ ਆਪਣੀ ਆਵਾਜ਼ ਦੇ ਸਕਾਂ ਉਹਨਾਂ ਨੂੰ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਫੀਲ ਕਰੂੰਗੀ, ਤਾਂ ਤੁਸੀਂ ਜ਼ਰੂਰ ਮੇਰੇ ਤੱਕ ਆਪਣੀਆਂ ਕੋਈ ਵੀ ਰਚਨਾ ਹੋਵੇ, ਤੁਹਾਡੀ ਜੋ ਵੀ ਕ੍ਰੀਏਟਿਵਿਟੀ ਹੈ ਜ਼ਰੂਰ ਭੇਜੋ ਮੇਰੇ ਤੱਕ ਤੁਸੀਂ। ਅਤੇ ਜੇ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਅਤੇ ਜੇ ਤੁਹਾਨੂੰ ਕਹਾਣੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ, ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਹਾਣੀ ਕਿਵੇਂ ਦੀ ਲੱਗੀ।